सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। कोविड महामारी दे चलदे इलाका निवासियों नू बेहतर सेहत सुविधावां मुहैया कराउण दी कोशिशां नू उस समय होर बुलारा मिलिया जदों MP लेड फंड अधीन मेंबर पार्लियामेंट लोक सभा हलका श्री आनंदपुर साहिब श्री मनीष तिवाड़ी वल्लों बेसिक लाइफ सपोर्ट सिस्टम नाल लैस एम्बुलेंस जिला हस्पताल रूपनगर नू भेज कीती अते एम्बुलेंस नू हरी झंडी दे के रवाना कीता गया। इस मौके श्री तिवाड़ी ने कहा कि कोविड महामारी दे चलदिया मरीजां दी शिफ्टिंग अते एमरजेंसी केसां दी शिफ्टिंग दे लई एम्बुलेंस बहुत मददगार साबित होवेगी। स्टाफ दी कमी दे मुद्दे ते उन्हां कहा कि ओह सेहत मंत्री पंजाब नाल जल्दी इस संबंधी गल करनगे। इस मौके सिविल सर्जन डॉक्टर दविंदर कुमार, डिप्टी मेडिकल कमिश्नर डॉक्टर बलदेव सिंह, मेडिकल स्पेशलिस्ट डॉक्टर राजीव अग्रवाल अते डिप्टी मास मीडिया अफसर मैडम राज राणी आदि शामिल होंगे। ਅਸੀਂ ਆਪਣੇ MP ਲੈਡ ਫੰਡ 'ਚੋਂ ਇਹ ਸਿਹਤ ਦੇ ਖੇਤਰ ਨੂੰ ਦਿੱਤਾ ਸੀਗਾ ਔਰ ਮੈਨੂੰ ਅੱਜ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅੱਜ ਐਂਬੂਲੈਂਸ ਆ ਗਈ ਹੈ, ਆਪਰੇਸ਼ਨਲ ਹੋ ਗਈ ਹੈ ਔਰ ਰੱਬ ਨਾ ਕਰੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਪਵੇ, ਪਰ ਜੇ ਲੋੜ ਪਵੇ ਐਟਲੀਸਟ ਹੋਣੀ ਤਾਂ ਚਾਹੀਦੀ ਹੈਗੀ ਹੈ। ਤੁਹਾਡੇ ਸਾਹਿਬ, ਇਹ ਹੋਸਪਿਟਲ ਰੋਪੜ ਦਾ ਬਹੁਤ ਪੁਰਾਣਾ ਹੋਸਪਿਟਲ ਹੈਗਾ ਅਤੇ ਕਿਤੇ ਨਾ ਕਿਤੇ ਜਿਹੜੀ ਇਨਫਰਾਸਟ੍ਰਕਚਰ ਦੀ ਵੱਡੀ ਕਮੀ ਹੈ ਜਾਂ ਅੱਧ ਆਧੁਨਿਕ ਜਿਹੜੀਆਂ ਚੀਜ਼ਾਂ ਨੇ ਮਸ਼ੀਨਾਂ ਨੇ ਪ੍ਰਾਈਵੇਟ ਹੋਸਪਿਟਲਾਂ ਦਾ ਮੁਕਾਬਲਾ ਕਰਨ ਦੇ ਲਈ ਉਹ ਜ਼ਰੂਰੀ ਹੈਗੀਆਂ, ਉਹਦੇ ਲਈ ਕੁਛ ਕਰੋਗੇ ਜੀ ਤੁਸੀਂ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਕਿ COVID-19 ਨੇ ਇਸ ਗੱਲ ਨੂੰ ਬਿਲਕੁਲ ਦਰਸਾਇਆ ਹੈਗਾ ਕਿ ਜਿਹੜਾ ਸਾਡਾ ਹੈਲਥ ਇਨਫਰਾਸਟ੍ਰਕਚਰ ਹੈ, ਚਾਹੇ ਪ੍ਰਾਇਮਰੀ ਹੈਲਥ ਇਨਫਰਾਸਟ੍ਰਕਚਰ ਹੋਵੇ ਚਾਹੇ ਟੈਰੇਸ਼ਰੀ ਹੈਲਥ ਇਨਫਰਾਸਟ੍ਰਕਚਰ ਹੋਵੇ, ਉਹਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਹੈ। ਤਾਂ ਇਸ ਲਈ ਜ਼ਰੂਰ ਕਿ ਕਿਨੇ ਨੇ ਆਪਣਾ ਬਲਬੀਰ ਸਿੱਧੂ ਜੀ ਨਾਲ ਇੱਕ ਵਾਰੀ ਉਹ ਠੀਕ ਹੋ ਜਾਣ, ਕਿਉਂਕਿ ਆਪ ਕੋਵਿਡ ਤੋਂ ਪੀੜਿਤ ਨੇ, ਇੱਕ ਵਾਰੀ ਉਹ ਠੀਕ ਹੋ ਜਾਣ, ਫਿਰ ਉਹਨਾਂ ਨਾਲ ਗੱਲ ਕਰਕੇ ਇੱਥੇ ਸਿਵਲ ਸਰਜਨ ਸਾਹਿਬ ਨਾਲ SMO ਨਾਲ ਗੱਲ ਕਰਕੇ ਜਿਹੜੀ ਵੀ ਲੋੜਮੰਦ ਹੋਊਗੀ ਉਹਨੂੰ ਜ਼ਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਖਾਸ ਤੌਰ ਦੇ ਉੱਤੇ ਇੱਥੋਂ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ 32 ਚੰਡੀਗੜ੍ਹ ਜਾਂ PGI ਦੇ ਵਿੱਚ ਹੀ ਰੈਫਰ ਕਰ ਦਿੱਤਾ ਜਾਂਦਾ, ਕਿਉਂਕਿ ਇੱਥੇ ਪ੍ਰੋਪਰ ਜਿਹੜਾ ਨਾ ਆਕਸੀਜਨ ਪ੍ਰੋਪਰ ਨਾ ਹੋਣ ਕਰਕੇ ਜਾਂ ਵੈਂਟੀਲੇਟਰ ਨਾ ਹੋਣ ਕਰਕੇ ਦਿੱਕਤ ਆਉਂਦੀ ਆ। ਜ਼ਿਆਦਾਤਰ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ 32 ਜਾਂ PGI ਹੀ ਰੈਫਰ ਕੀਤਾ ਜਾਂਦਾ। ਡਾਕਟਰ ਸਾਹਿਬ ਆਪਣਾ ਸਿਰ ਹਿਲਾ ਰਹੇ ਨੇ ਕਿ ਇਹ ਗੱਲ ਠੀਕ ਨਹੀਂ ਹੈਗੀ, ਦੋਹੇ ਡਾਕਟਰ ਸਾਹਿਬ ਕਹਿੰਦੇ ਸਿਰ ਕਿ ਜੋ ਤੁਸੀਂ ਕਹਿ ਰਹੇ ਹੋ ਠੀਕ ਨਹੀਂ ਹੈਗਾ। ਹੈ 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 ਹੈ